ਇੱਥੇ ਬੰਨ ਜਾਂਦੀ ਏ ਪਹਿਲੇ ਸਵਾਲ ਚ ਪਿਆੰਦਾ ਸਨੀਸਟਰਾ ਇੱਥੇ ਪਿਆੰਦਾ ਦੇਸਟਰਾ ਲੇਕਿਨ ਪਹਿਲੇ ਸਵਾਲ ਚ ਕੀ ਆਂਦਾ ਸੀ ਪਿਆ ਕਿ ਤੁਸਾਂ ਚੌਕ ਦੇ ਹਿਸਾਬ ਨਾਲ ਆਂਦਾ ਸੀ ਪਿਆ ਕਿ ਚੌਕ ਜਿਹੜੀ ਹੈ ਨਾ ਚੌਕ ਦੀ ਤੁਹਾਂ ਖੱਬੀ ਸਾਈਡ ਬਿਜ਼ੀ ਕਰਨੀ ਓਕੋ ਪੰਦੋ ਆਰੀਐ ਸਨੀਸਟਰਾ ਦੇ ਲੈ ਇਨ ਕਰੋਚੋ ਉਦ ਚੌਕ ਦੀ ਪਿਆੰਦਾ ਸੀ ਖੱਬੀ ਸਾਈਡ ਤੇ ਚੌਕ ਦੇ ਤੁਸੀਂ ਖੱਬੀ ਸਾਈਡ ਇਧਰੋਂ ਜਾਓ ਐ ਚੋਕ ਦੀ ਖੱਬੀ ਸਾਈਡ ਹੋ ਗਈ ਐ ਵਾਲੀ ਲੇਕਿਨ ਤੁਹਾਡੀ ਸੱਜੀ ਸਾਈਡ ਹੋ ਗਈ ਤੁਸੀਂ ਚੋਕ ਦੇ ਹਿਸਾਬ ਨਾਲ ਚੋਕ ਦੀ ਇਹ ਖੱਬੀ ਸਾਈਡ ਸੱਜੀ ਆਵੇ ਤੇ ਤੁਹਾਡੀ ਇਹ ਸੱਜੀ ਸਾਈਡ ਐ ਚੋਕ ਇਹਨੂੰ ਪੂਰਾ ਜ਼ਿਹਨ ਚ ਬਾ ਲਗੋ ਤੁਸੀਂ ਇੰਜ ਜਾਂਦੇ ਹੋ ਤੇ ਤੁਹਾਡੇ ਇਹ ਸੱਜੇ ਪਾਸੇ ਆ ਗਿਆ ਲਾਸ਼ਾਰੇ ਛੱਡੋ ਇਲ ਚੇਂਤਰੋ ਦਿਲ ਇਨਕਰੋਚੋ ਸੈਂਟਰੇਜ ਚੌਕ ਨੂੰ ਵਾਲਾ ਨੋਸਤਰਾ ਦੇਸਤਰਾ ਆਪਣੇ ਸੱਜੇ ਪਾਸੇ ਘੁੰਮੀ ਵਹੀਕਲ ਇਨ ਫਿਗਰਾ ਜਿਸ ਤਰ੍ਹਾਂ ਤਸਵੀਰ ਵਿੱਚ ਠੀਕ ਹੋ ਗਿਆ। ਹੁਣ ਇੱਕ ਵਾਰੀ ਤੁਹਾਨੂੰ ਮੈਂ ਪਿੱਛੇ ਜਾ ਕੇ ਦੂਜੀ ਤਸਵੀਰ ਉਹ ਹਨਾ ਜਿਹਦੇ ਵਿੱਚ ਉਹ ਪਿਆੰਦਾ ਐ ਵਾਲੀ ਅੱਛਾ ਜੀ ਓਕੁਪਾਰੇ ਲਾ ਆਰੀਆ ਸਿਨਿਸਤਰਾ ਦੇ ਲਿਨ ਕਰੋਚੋ ਬੀਜ਼ੀ ਕਰੋ ਚੌਕ ਦੀ ਖੱਬੀ ਸਾਈਡ ਚੌਕ ਦੀ ਖੱਬੀ ਸਾਈਡ ਨੂੰ ਬੀਜ਼ੀ ਕਰੋ ਓਕੁਪਾਰੇ ਲਾ ਆਰੀਆ ਸਿਨਿਸਤਰਾ ਦੇ ਲਿਨ ਕਰੋਚੋ ਉਹਦੇ ਪੇ ਚੌਕ ਦੀ ਖੱਬੀ ਸਾਈਡ ਨੂੰ ਬੀਜ਼ੀ ਕਰੋ ਨੋਸਤਰਾ ਦੇਸਤਰਾ ਆਪਣੀ ਸਾਈਡ ਦੇ ਉਹਨੇ ਇਹਦੇ ਚ ਗੱਲ ਨਹੀਂ ਕੀਤੀ ਚੌਕ ਦੀ ਖੱਬੀ ਸਾਈਡ ਦੇ ਹਿਸਾਬ ਨਾਲ ਠੀਕ ਹੈ

ਅੱਛਾ ਜੀ ਫੇਰ ਆ ਗਏ ਇਹਨਾਂ ਨੂੰ ਪੂਰਾ ਸਮਝਣਾ ਐਵੇਂ ਨਹੀਂ ਇਹਨੂੰ ਛੱਡ ਕੇ ਟੁਰ ਜਾਣਾ ਕਿ ਖੈਰ ਹੈ ਠੀਕ ਹੈ ਸੌਖਾ ਮੈਨੂੰ ਸਮਝ ਆ ਗਈ ਏ ਇਹ ਤੁਹਾਡੇ ਵਾਸਤੇ ਕਨਫਿਊਜ਼ਨ ਪੈਦਾ ਕਰ ਸਕਦੇ ਨੇ ਤੇ ਇਹ ਹੀ ਕਨਫਿਊਜ਼ਨ ਵਾਲੇ ਸਵਾਲ ਨੇ ਜਿਨ੍ਹਾਂ ਨੂੰ ਬਹੁਤ ਕੋਸ਼ਿਸ਼ ਕਰਕੇ ਸਮਝਾਇਆ ਜਾ ਰਿਹਾ ਹੈ ਤੇ ਇਹਨਾਂ ਨੂੰ ਇੰਜ ਸਮਝਣਾ ਜ਼ੇਨ ਲਾ ਕੇ ਆਪਣੀ ਪੂਰੀ ਤਵੱਜਾ ਇਸ ਤਸਵੀਰ ਤੇ ਤੇ ਇਹਨਾਂ ਸਵਾਲਾਂ ਦੇ ਉੱਤੇ ਰੱਖੋ ਪਿਰਜ਼ਵਲ ਤਾਰੇ ਅਸਨੀਸਤਰਾ ਮੋਰਨ ਆਸਤੇ ਖੱਬੇ ਪਾਸੇ ਬਿਜ਼ੋਨੀਆ ਜ਼ਰੂਰਤ ਹੈ ਦੀ ਨੋਰਮਾ ਆਮ ਤੌਰ ਪਰ ਲਸ਼ਾਰੇ ਛੱਡੋ ਇਲ ਚੈਂਟਰੋ ਸੈਂਟਰ ਨੂੰ ਚੈਂਟਰੋ ਦੇ ਲਿੰਕਰੋਚ ਚੌਕ ਦੇ ਸੈਂਟਰ ਨੂੰ ਅਲਨੋਸਤਰਾ ਦੇਸਤਰਾ ਆਪਣੇ ਸੱਜੇ ਪਾਸੇ ਬਿਲਕੁਲ ਠੀਕ ਹੈ ਇਹ ਡਰਾਈਵਰ ਜਾ ਇਹ ਗੱਡੀ ਹੈ ਤੇ ਇਹ ਡਰਾਈਵਰ ਨੇ ਉਹਨੂੰ ਆਪਣੇ ਸੱਜੇ ਪਾਸੇ ਛੱਡ ਦਿੱਤਾ ਸੱਜੇ ਪਾਸੇ ਛੱਡ ਕੇ ਜਾ ਰਿਹਾ ਕੋਮੇ ਇ ਵਹੀਕੁਲ ਇਨ ਫਿਗੋਰਾ ਜਿਸਨ ਤਸਵੀਰ ਚ ਆ ਰਿਹਾ ਠੀਕ ਹੋ ਗਿਆ ਵੇਰੋ ਅੱਛਾ ਜੀ ਹੁਣ ਫਾਲਸੋ ਪਰਜ਼ਵੋਲ ਤਾਰਿਆ ਸਨਿਸਟਰਾ ਮੋਰਾ ਨਾਸਤੇ ਖੱਬੇ ਪਾਸੇ ਵੀ ਜ਼ੋਨ ਹੀ ਹੈ ਜ਼ਰੂਰਤ ਹੈ ਜਿਰਾਰੇ ਘੁਮਾਏ ਇਨ ਤੇਰਨੋ ਅਲ ਚentro ਦੇ ਲੇਨਕ੍ਰੋਚੋ ਚੌਕ ਦੇ ਅੰਦਰ ਵਾਲੀ ਸਾਈਡ ਤੇ ਕੋਮੇ ਇ ਵਹੀਕੁਲ ਇਨ ਫਿਗੋਰਾ ਜਿਸਨ ਤਸਵੀਰ ਚ ਆਇਆ ਅੰਦਾਗਰ ਤੁਸੀਂ ਖੱਬੇ ਮੁਰਨਾ ਨਾ ਜਵਲਤਾਰਿਆ ਸਿਨਿਸਤਰਾ ਖੱਬੇ ਮੁਰਨਾ ਨਾ ਬਿਜੋਨੇ ਜ਼ਰੂਰ ਤੇ ਜਿਰਾਰੇ ਘੁਮਾਏ ਇਨ ਤੇਰਨ ਵਾਲੇ ਇਨ ਕਰੋਚੋ ਚੌਕ ਦੇ ਅੰਦਰ ਵਾਲੇ ਸਾਈਡ ਤੋਂ ਘੁਮਾਏ ਐਂ ਜੇ ਤੁਸੀਂ ਕਮਾਨਦੇ ਹੋ ਤੇ ਇਹ ਅੰਦਰ ਵਾਲੇ ਸਾਈਡ ਹੋ ਗਈ ਨਾ ਇਹ ਇਸ ਤੇਰਨੋਂ ਹੋ ਗਈ ਅਗਰ ਤੁਸੀਂ ਐਂ ਜੀ ਟੁਰਜੋ ਤੇ ਇਹ ਬਾਹਰ ਰਹਿ ਗਿਆ ਚੌਕ ਇਹ ਚੌਕ ਤੁਹਾਡਾ ਬਾਹਰ ਰਹਿ ਗਿਆ ਆਂਦਾ ਇਨ ਤੇਰਨੋਂ ਘੁਮਾਓ ਐਂ ਜੀ ਅੰਦਰ ਨੂੰ ਘੁਮਾਓ ਤੇ ਫਾਲਸੋ ਜੇ ਤੁਹਾਨੂੰ ਇੰਜ ਵੀ ਸਮਝ ਨਾ ਆਵੇ ਜਦੋਂ ਕਹਿ ਰਿਹਾ ਕਿ ਇੰਤੇਰ ਨੂੰ ਆਲ ਇਨਕਰੋਚੋ ਕਮਨ ਫਿਗੂਰਾ ਜਿਸ ਤਰ੍ਹਾਂ ਤਸਵੀਰ ਚ ਹੋਇਆ ਤੁਸੀਂ ਐ ਹੀ ਸਮਝ ਲਵੋ ਕਿ ਇੱਥੇ ਉਹਨੇ ਰਤੋਂ ਦੇ ਜ਼ੀਰੋ ਹਤੇ ਤੋਰੀਆ ਦੀ ਕੋਈ ਗੱਲ ਨਹੀਂ ਪਿਆ ਕਰਦਾ ਤੇ ਇੰਜ ਪਿਆ ਆਂਦਾ ਤੇ ਸਵਾਲ ਹੈ ਫਾਲਸੋ ਪਿਆ ਬੰਦਾ ਕਿਉਂਕਿ ਐਸ ਤਸਵੀਰ ਦੇ ਮੁਤਾਬਕ ਸਵਾਲ ਫਾਲਸ ਹੋਵੇ ਇੰਜ ਜਾਣਾ ਹੈ ਸਾਂ ਤੋ ਆਂਦਾ ਪਏ ਇੰਤੇਰ ਨੂੰ ਚੋਕ ਨੂੰ ਆਪਣੇ ਅੰਦਰ ਵਾਲੇ ਪਾਸੇ ਛੱਡੋ ਤੁਸੀਂ ਇੰਜ ਜਾਓ ਅਗਰ ਇੰਜ ਜਾਓਗੇ ਤਾਂ ਚੋਕ ਤੁਹਾਡੇ ਅੰਦਰ ਹੀ ਹੋ ਜਾਣਾ ਨਾ ਤੁਸੀਂ ਇੰਜ ਗੱਡੀ ਕਮਾਣਦੇ ਹੋ ਇੰਜ ਜਾਂਦੇ ਹੋ ਤੇ ਚੋਕ ਕਿੱਧਰ ਹੈਗੇ ਤੁਹਾਡੇ ਅੰਦਰ ਹੈਗੇ ਬਾਹਰ ਹੈਗੇ ਬਾਹਰ ਤੇ ਆਸ-ਪਾਸੇ ਹੀ ਤੇ ਅੰਦਰ ਵਾਲੇ ਪਾਸੇ ਹੋ ਗਿਆ ਅੰਦਰ ਚੋਕ ਨੂੰ ਅੰਦਰ ਵਾਲੇ ਪਾਸੇ ਤੁਸਾਂ ਛੱਡਣਾ ਸਵਾਲ ਫਾਲਸ ਅੱਛਾ ਜੀ ਵੇਖਿਆ ਹੁਣ ਐਸ ਸਵਾਲ ਦੇ ਵਿੱਚ ਐਸ ਤਸਵੀਰ ਨੂੰ ਤੁਸਾਂ ਵੇਖਣਾ ਹੈ ਚਲੋ ਇੱਕ ਦਫਾ ਪਿਲਾਂ ਪੂਰਾ ਸਵਾਲ ਵੇਨੇ ਆ ਇਨ ਉਹਨਾਂ ਕਰਿਆ ਜਾਂਦਾ ਇੱਕ ਕਰਿਆ ਜਾਂਦਾ ਅਧੋਪੀਓ ਸੈਂਸਰ ਦੇ ਸਰਕੂਲੇਸ਼ਨ ਨੇ ਦੋ ਤਰਫਾ ਚੱਲਣ ਆਸਤੇ ਵੇ ਨਾ ਚਾੜੀ ਪਰ ਜੋ ਹਲਤਾਰੇ ਐ ਸਿਨਿਸਟਰਾ ਮੋੜਨ ਆਸਤੇ ਖੱਬੇ ਵਿਜ਼ੋਨੀਆ ਜ਼ਰੂਰਤ ਹੈ ਜੀਰਾ ਰੇ ਘੁਮਾਏ ਇਨ ਤੇਰਨ ਵਾਲ ਚੇਂਤਰ ਅੰਦਰ ਵਾਲੀ ਸਾਈਡ ਤੇ ਚੌਕ ਦੇ ਚੋਕ ਨੂੰ ਆਪਣੇ ਅੰਦਰ ਵਾਲੇ ਪਾਸੇ ਰੱਖ ਕੇ ਜਿਲ ਇਨਕਲੋਜ ਕੋਮੇਲ ਵਹੀ ਕੋ ਲੋ ਆਕਾ ਹੁਣ ਐਚ ਦੀ ਗੱਲ ਕਰਦਾ ਜਿਸ ਤਰ੍ਹਾਂ ਐਚ ਗੱਡੀ ਹੁਣ ਆਖਿਆ ਜਿਸ ਤਰ੍ਹਾਂ ਐਚ ਗੱਡੀ ਵੀ ਕਰਦੀ ਏ ਇਨ ਫਿਗੋਰਾ ਤਸਵੀਰ ਚ ਸੇ ਅਗਰ ਛੇ ਇਲ ਸਿਨੇ ਵਾਲੇ ਦੀ ਰੋਤਾ ਤੋਰੀਓ ਅਗਰ ਸਿਗਨਲ ਰੋਤਾ ਤੋਰੀਓ ਲੱਗਾ ਰਤਨ ਦਾ ਹੁਣ ਇਹਦੇ ਵਿੱਚ ਉਹਨੇ ਐਸ ਦੀ ਗੱਲ ਨਹੀਂ ਕੀਤੀ ਤੁਸੀਂ ਐਸ ਨੂੰ ਛੱਡ ਦਿਓ ਬਿਲਕੁਲ ਛੱਡ ਦਿਓ ਜੋ ਵੀ ਮਾਮਲਾ ਉਹ ਸਿਰਫ ਐਚ ਦੀ ਪਿਆ ਗੱਲ ਕਰਦਾ ਹੈ। ਬਾਕੀ ਸਭ ਛੱਡ দাও ਐਚ ਦੀ ਪਿਆ ਗੱਲ ਕਰਦਾ। ਐਚ ਨੇ ਕੀ ਕੀਤਾ? ਇਸ ਤਰ੍ਹਾਂ ਲੱਗਈ ਏ। ਉਹਨੇ ਕੀ ਕੀਤਾ? ਚੌਕ ਨੂੰ ਆਪਣੇ ਅੰਦਰ ਵਾਲੇ ਪਾਸੇ ਛੱਡ ਦਿੱਤਾ। ਜਿਰਾਰੇ ਇਨ ਤੇਰ ਨੋ ਅਲਕ ਚੇਂ트로 ਦੇ ਲੇਨ ਕਰੋਚੋ। ਚੌਕ ਨੂੰ ਉਹਨੇ ਅੰਦਰ ਵਾਲੇ ਪਾਸੇ ਛੱਡ ਦਿੱਤਾ ਜਿੰਜੂ ਨੇ ਆਖਿਆ ਤਸਵੀਰ ਵਿੱਚ 6 ਇਲਸੀ ਨਹੀਂ ਅਲੇਦੀ ਰੋਤਾ ਤੋਰੀਓ ਅਗਰ ਰਤੁੰਦੇ ਵਾਲਾ ਸਿਗਨਲ ਲੱਗਿਆ ਐ ਵਾਲਾ ਤੇ ਜ਼ਾਰ ਜੇ ਇਹ ਸਿਗਨਲ ਲੱਗਿਆ ਤੇ ਇਹਦਾ ਕੀ ਮਤਲਬ ਹੈ ਇੱਥੇ ਰਤੁੰਦ ਹੈ ਰਤੁੰਦੇ ਦਾ ਸਿਗਨਲ ਇੰਜ ਲੱਗਿਆ ਤੇ ਰਤੁੰਦੇ ਦਾ ਤੁਹਾਨੂੰ ਪਤਾ ਹੈ ਫਿਰ ਤੁਸੀਂ ਇੰਜ ਨਹੀਂ ਆ ਸਕਦੇ ਚੋਗ ਨੂੰ ਤੁਸੀਂ ਇਸ ਤੇਰ ਨੂੰ ਨਹੀਂ ਕਰ ਸਕਦੇ ਅਗਰ ਤੁੰਦਾ ਲੱਗਿਆ ਤੇ ਹਰ ਪਾਸੇ ਇੰਜ ਰਤੁੰਦੇ ਨੂੰ ਘੁੰਮ ਕੇ ਬੰਦਾ ਹੁੰਦਾ ਇੰਜ ਅੰਦਰਾਲੇ ਪਾਸੇ ਰਤੋਂਦੇ ਨੂੰ ਅਸੀਂ ਅੰਦਰਾਲੇ ਪਾਸੇ ਛੱਡ ਕੇ ਜਾਣੇ ਆ ਰਤੋਂਦਾ ਲੱਗਿਆ ਤੇ ਤੁਸਾਂ ਅਗਰ ਵਾਪਸ ਵੀ ਜਾਣਾ ਇੰਜ ਤੁਸਾਂ ਘੁੰਮ ਕੇ ਜਾਣਾ ਠੀਕ ਹੋ ਗਿਆ ਇਹ ਛੱਡ ਦਵੋ ਕਿ ਐ ਜਰੀ ਐਸ ਗੱਡੀ ਇੰਜ ਵੀ ਮੋੜਦੀ ਏ ਐਸ ਦੀ ਉਹਨੇ ਗੱਲ ਹੀ ਨਹੀਂ ਕੀਤੀ ਐ ਸਮਝੋ ਹੈ ਹੀ ਨਹੀਂ ਐ ਗੱਡੀ ਹੈ ਹੀ ਨਹੀਂ ਇਹਦਾ ਸਾਰਾ ਖਾਤਾ ਖਤਮ ਹੈ ਸੇ ਇਲਸ ਨੇ ਆਲੇ ਦੀ ਰੋਤਾ ਤੋਰੀਓ ਅਗਰ ਹੋਤਾ ਤੋ ਉਹਰੀ ਉਹਦਾ ਸੀਨ ਲੱਗਿਆ ਤੇ ਫੇਰ ਤੁਸੀਂ ਚੌਕ ਨੂੰ ਇੰਤੇਰ ਨੂੰ ਕਰਨਾ ਹੈ ਅੰਦਰ ਵਾਲੇ ਪਾਸੇ ਛੜਨਾ ਜੇ ਤੁਸੀਂ ਇੰਜ ਜਾਂਦੇ ਚੌਕ ਤੁਹਾਡੇ ਆ ਅੰਦਰ ਵਾਲੇ ਪਾਸੇ ਹੋਵੇ ਤੇ ਸਵਾਲ ਵੇਰ ਹੋਵੇ 561 52 ਪਰ ਕੋਰਿੰਡੋ ਚਲਤੇ ਹੋਵੇ per correndo चलते हुए उना करे जाता एक करे जाता असनसा उनी को एक तरफा per gioltare a sinistra मुड़ने के लिए cabbe passe si effettua sinialando oncor in anticipo pellela manovra di compiere vo ie socche e ke ਸੈਂਸਾਉਨੀ ਕਾ ਅਗਰ ਉਹ ਰਹਿ ਤੂੰ ਖੱਬੇ ਮੁਰਨਾ ਤੇ ਫਿਰ ਵੀ ਤੂੰ ਸਿਗਨਲ ਜਿਹੜਾ ਉਹ ਲਾਣਾ ਪਹਿਲਾਂ ਵੇਰ ਉਹ ਹੋ ਗਿਆ ਸੋ ਅਸਤਰਾਦਾ ਸੈਂਸਾਉਨੀ ਕੋਪਰ ਜ਼ਵਲਤਾਰਿਆ ਸਿਨਿਸਤਰਾ ਬਿਜ਼ੋਨੀ ਤਨੇਰ ਸਿਸਲ ਮਾਲ ਜੀ ਨੂੰ ਸਿਨਿਸਤਰਾ ਅੱਛਾ ਜੀ ਸੋ ਸਤਰਾਦਾ ਸੈਂਸਾਉਨੀ ਕੋ 1 ਕਰੋੜ ਸਿਰਫ ਇਹ ਜਾਣ ਆ ਲਈਏ ਪਰ ਜੇ ਬਲਤਾਰੇ ਸਨਿਸਤਰਾ ਕਰ ਖੱਬੇ ਮੁਰਨਾ ਬਿਜ਼ੋਨੀ ਯਾ ਜ਼ਰੂਰਤ ਹੈ ਤੈਨਿਹ ਰੱਖੇ ਸਲ ਮਾਰਜੀਨਸ ਸਨਿਸਤਰਾ ਇਹ ਸਵਾਲ ਪਿਛਲੇ ਇੱਕ ਸਵਾਲ ਤੇ ਉਹਨੇ ਆਖਿਆ ਸੀ ਕਿ ਮਾਰਜੀਨਸ ਸਨਿਸਤਰਾ ਰੱਖੋ ਤੇ ਉਹ ਸਵਾਲ ਫਾਲਸ ਹੋਹੀ ਸਾਡਾ ਫਾਲਸ ਕਿਉਂ ਸੀ ਕਿ ਦੋ ਪੀਓ ਸੈਂਸ ਦੀ ਮਾਰਚਾ ਸੀ ਇਧਰੋਂ ਗੱਡੀਆਂ ਆ ਰਹੀਆਂ ਸਨ ਇਧਰੋਂ ਜਾ ਰਹੀਆਂ ਸਨ ਤੋਂ ਆਂਦਾ ਜਿਹਾ ਤੁਸੀਂ ਮਾਰਜੀਨਸ ਸਨਿਸਤਰਾ ਰੱਖਣਾ ਅਗਰ ਖੱਬੇ ਮੁਰਨਾ ਤਾਂ ਉਹ ਸਵਾਲ ਫਾਲਸ ਹੋ ਗਿਆ ਸੀ ਇਹ ਵੇਰ ਹੋਵੇ ਵੇਰੋ ਕਿਹਾ ਹੂਏ ਕਿ ਐ ਸਿਰਫ ਸੈਨਸਾਉ ਨਹੀਂ ਕੋਵੇ ਸਿਰਫ ਜਾਨ ਹਾਸਤੇਵੇ ਤੇ ਅਗਰ ਤੁਸੀਂ ਖੱਬੇ ਮੁਰਨਾ ਤਾਂ ਫਿਰ ਤੁਸੀਂ ਕੀ ਕਰਨਾ ਮਾਰਜਿਨੇ ਸਨੀਸਟਰੋ ਰੱਖਣੀ ਆ ਆਪਣੀ ਗੱਡੀ ਤੇ ਸਵਾਲ ਵੇਰੋ ਠੀਕ ਹੋ ਗਿਆ ਅਗਰ ਤੁਸੀਂ ਖੱਬੇ ਮੁਰਨਾ ਤਾਂ ਇੱਥੋਂ ਤੇ ਅੰਜ ਨਹੀਂ ਨਾ ਜਾਣਾ ਤੁਸੀਂ ਮਾਰਜਿਨੇ ਸਨੀਸਟਰੋ ਰੱਖਣੀ ਆ ਵੇਖਿਆ ਸੈਨਸਾਉ ਨਹੀਂ ਕੋ ਸੈਨਸਾਉ ਨਹੀਂ ਕੋਵੇ 563 जान दो सफर करदे हो सो सेमी करे जाता एमी ए करे जाता है इतों ला के तक तो कर सेमी करे जाता करे जाता हाफ अद्धा ए सेमी करे जाता है अंधा व्या जन दो सफर कर सेमी करे जाता करे जाता के हाफ हिस्से आ त्रै कुर्सी है जिते तीन कुर्सीए ने 1 2 3 ਕਮਨ ਫਿਗੂਰਾ ਜਿਸ ਤਰ੍ਹਾਂ ਇਸ ਤਸਵੀਰੇ 'ਚ ਪ੍ਰਿਜ਼ੋਲ ਤਾਰਿਆ ਸਨਿਸਤਰਾ ਖੱਬੇ ਮੋੜਨ ਆਸਤੇ ਸੀ ਦੇਵੇ ਜ਼ਰੂਰੀ ਹੈ ਉਤਲੀ ਜ਼ਾਰੇ ਇਸਤੇਮਾਲ ਕਰੇ ਲਾ ਕੁਰਸੀਆ ਦੀ ਚਿੰਤਰਾਲ ਹੈ ਅੰਦਰ ਸੈਂਟਰਲ ਆ ਜ਼ਰੂਰੀ ਹੈ ਕਿਉਂ ਸੈਂਟਰਲ ਆ ਕੁਰਸੀ ਇਸਤੇਮਾਲ ਕਰੇ ਖੱਬੇ ਮੋੜਨ ਆਸਤੇ ਤੇ ਤੁਹਾਨੂੰ ਪਤਾ ਹੈ ਅਗਰ ਅਸੀਂ ਸਵਲ ਤਾਰੇ ਅਸ ਸਨਿਸਤਰਾ ਖੱਬੇ ਮੁਰਨਾ ਹੈ ਤੇ ਫਿਰ ਅਸਾਂ ਕਿਹੜਾ ਕੁਰਸੀ ਇਸਤੇਮਾਲ ਕਰਨਾ ਹੈ ਇਹ ਵਾਲਾ ਇਸਤੇਮਾਲ ਕਰਨਾ ਹੈ ਨਾ ਇਹ ਵਾਲਾ ਇਹ ਤਾਂ ਨਹੀਂ ਕਰਨਾ ਫਾਲਸ ਹੋ ਗਿਆ ਅੰਦਾ ਕੁਰਸੀਆ ਚਿੰਤਰਾ ਵਾਲੇ ਇਸਤੇਮਾਲ ਕਰੋ ਫਾਲਸ ਹੋ ਠੀਕ ਹੋ ਗਿਆ ਬਾਕੀ ਹੈ ਅਗਲੇ ਲੈਕਚਰ ਚ ਜੀ